ਹੈਲੋ एवरीवन ਅੱਜ ਆਪਾਂ ਡਿਸਕਸ ਕਰਾਂਗੇ ਪੰਜਾਬੀ ਦਾ ਸਿਲੇਬਸ ਕਲਾਸ 10 ਦਾ ਤਾਂ ਸਭ ਤੋਂ ਪਹਿਲਾਂ ਤੁਹਾਡਾ ਮਾਰਕਸ ਦਾ ਪੈਟਰਨ ਆ ਵੀ ਕਿਹੜੀ ਚੀਜ਼ ਤੁਹਾਨੂੰ ਕਿੰਨੇ ਮਾਰਕਸ ਦੀ ਆਉਣੀ ਹੈ ਤੁਸੀਂ ਦੇਖ ਸਕਦੇ ਹੋ ਹੁਣ ਆਪਾਂ ਕਰਾਂਗੇ ਡਿਸਕਸ ਟਰਮ 1 ਦਾ ਸਿਲੇਬਸ ਇਹਦੇ ਵਿੱਚ ਤੁਹਾਨੂੰ ਡੋ ਅੰਡਿੱਠੇ ਪੈਰੇ ਆਉਣੇ ਨੇ 150 ਤੋਂ 200 ਸ਼ਬਦਾਂ ਵਿੱਚ ਪੰਜ-ਪੰਜ ਪ੍ਰਸ਼ਨ ਹੋਣਗੇ ਦੋਨਾਂ ਪੈਰੇ ਵਿੱਚ ਬਹੁ ਵਿਕਲਪੀ ਐਮਸੀਕਿਊਜ਼ ਦੀ ਫਾਰਮ ਵਿੱਚ ਉਸ ਤੋਂ ਬਾਅਦ ਅੰਡਿੱਠੀ ਕਾਫ ਟੁਕੜੀ ਨਾਲ ਸੰਬੰਧਿਤ ਇਹ ਵੀ ਤੁਹਾਨੂੰ ਪੰਜ ਬਹੁ ਵਿਕਲਪੀ ਪ੍ਰਸ਼ਨ ਆਉਣਗੇ ਤੇ ਹੁਣ ਆਪਾਂ ਵਿਆਕਰਨ ਦਾ ਡਿਸਕਸ ਕਰਦੇ ਗ੍ਰਾਮਰ ਸਮਾਸਿਤ ਸ਼ਬਦਾਂ 'ਕੀ ਇਹ ਵੀ ਬਹੁ ਵਿਕਲਪੀ ਪ੍ਰਸ਼ਨਸ ਵਾਰਤਕ ਇਹਦੇ ਵਿੱਚ ਵੀ ਸੇਮ ਆਣਾ ਤੇ ਮੁਹਾਵਰੇ ਕੱਕੇ ਤੋਂ ਘੱਗੀ ਅੱਖਰ ਵਾਲੇ ਇਸ ਵਿੱਚ ਵੀ ਬੌਵਿਕਲਪੀ ਪ੍ਰਸ਼ਨ ਚ ਆਉਣੇ ਦਾ ਰਿਤ ਹੁਣ ਆਪਾਂ ਪਾਠ ਪੁਸਤਕ ਦੇਖਦੇ ਆ ਤੁਹਾਨੂੰ ਬੌਵਿਕਲਪੀ ਪ੍ਰਸ਼ਨਸ ਆਣਗੇ ਕਵਿਤਾਵਾਂ ਵਿੱਚੋਂ ਵਾਰਤਕ ਵਿੱਚੋਂ ਕਹਾਣੀ ਵਿੱਚੋਂ ਇਕਾਂਗੀ ਵਿੱਚੋਂ ਤਾਂ ਹੁਣ ਆਪਾਂ ਦੇਖਦੇ ਆ ਕਿ ਆਪਾਂ ਨੂੰ ਫਸਟ ਟਰਮ ਵਿੱਚ ਚੈਪਟਰਸ ਕਿਹੜੇ-ਕਿਹੜੇ ਨੇ ਸਭ ਤੋਂ ਪਹਿਲਾਂ ਕਾਵਿ ਰਚਨਾ ਵਿੱਚ ਆਪਾਂ ਨੂੰ ਸੋਕਿਓ ਮੰਦਾਕਿਏ ਗੁਣਾਨੰਕਦੇਵ ਜੀ ਵੱਲੋਂ ਲਿਖੀ ਗਈ ਕਵਿਤਾ ਉਹ ਆਣੀ ਹੈ ਕਿਰਪਾ ਕਰਕੇ ਬਖਸ਼ਲੇ ਗੁਰੂ ਅਮਰਦਾਸ ਜੀ ਵੱਲੋਂ ਓਆਣੀ ਕਵਿਤਾ ਵਾਰਤਕ ਵਿੱਚੋਂ ਆਪਾਂ ਨੂੰ ਆਣਾ ਹੈ ਘਰ ਦਾ ਪਿਆਰ ਬਾਈ ਪ੍ਰਿੰਸੀਪਲ ਤੇਜਾ ਸਿੰਘ ਬੋਲੀ ਸਰਦਾਰ ਗੁਰਬਖਸ਼ ਸਿੰਘ ਵੱਲੋਂ ਲਿਖੀ ਗਈ ਹੈ ਓਆਣਾ ਤੇ ਬਨੰਗੀ ਪੁਸਤਕ ਵਿੱਚੋਂ ਜਿਹੜੀ ਕਹਾਣੀ ਆਪਾਂ ਨੂੰ ਕੁਲਫੀ ਆਏਗੀ ਸੁਜਾਨ ਸਿੰਘ ਵੱਲੋਂ ਲਿਖੀ ਗਈ ਇਕਾਂਗੀ ਆਪਾਂ ਨੂੰ ਜ਼ਫਰਨਾਮਾ ਡਾਕਟਰ ਹਰਚਰਨ ਸਿੰਘ ਵੱਲੋਂ ਲਿਖੀ ਗਈ ਹੁਣ ਆਪਾਂ ਡਿਸਕਸ ਕਰਦੇ ਆ ਟਰਮ 2 ਦਾ ਸਿਲੇਬਸ ਸੋ ਟਰਮ 2 ਵਿੱਚ ਆਪਾਂ ਨੂੰ ਸਭ ਤੋਂ ਪਹਿਲਾਂ ਵਿਆਕਰਨ ਵਿੱਚ ਆਏਗਾ ਅਗੇਤਰ ਪਛੇਤਰ ਸ਼ਬਦ ਬਣਾਉਣਾ ਮੀਨਸ ਅਗੇਤਰ ਅੱਗੇ ਲਾ ਕੇ ਪਿਛੇਤਰ ਪਿੱਛੇ ਲਾ ਕੇ ਦੋ ਐਟਲੀਸਟ ਸ਼ਬਦ ਬਣਾਉਣੇ ਹੁੰਦੇ ਇਸ ਵਿੱਚ ਤੁਸੀਂ ਮੁਹਾਵਰੇ ਆਪਾਂ ਨੂੰ ਚੱਚੇ ਤੋਂ ਝੱਜੀ ਅੱਖਰ ਤੱਕ ਵਾਕ ਵੀ ਬਣਾਉਣਾ ਹੈ ਤੇ ਆਪਾਂ ਨੂੰ ਉਹਨਾਂ ਦਾ ਅਰਥ ਵੀ ਦੱਸਣਾ ਹੈ ਉਸ ਤੋਂ ਬਾਅਦ ਆਪਾਂ ਨੂੰ ਲੇਖ ਆਉਣਗੇ ਕੋਈ ਤਿੰਨ ਲੇਖ ਆਉਣਗੇ ਨੁਕਤੇ ਸਹਿਤ ਤੇ ਆਪਾਂ ਉਹਨਾਂ 'ਚੋਂ ਇੱਕ ਲੇਖ ਆਨਾ ਕੋਈ ਵੀ 200 ਸ਼ਬਦਾਂ ਤੱਕ ਦਾ ਹੋਣਾ ਚਾਹੀਦਾ ਹੈ ਦਨ ਪੱਤਰ ਰਚਨਾ ਨਿੱਜੀ ਤੇ ਦਫ਼ਤਰੀ ਪੱਤਰ ਆਉਣਗੇ ਦੋ ਆਉਣਗੇ ਚੋਣ ਅਧਾਰਿਤ ਉਹਨਾਂ 'ਚੋਂ ਵੀ ਆਪਾਂ ਇੱਕ ਕੰਨਾ ਨੁਕਤੇ ਸਹਿਤ ਹੁਣ ਆਪਾਂ ਦੇਖਦੇ ਆ ਵੀ ਪਾਠ ਪੁਸਤਕ ਤੇ ਆਧਾਰਿਤ ਸਭ ਤੋਂ ਪਹਿਲਾਂ ਆਪਾਂ ਨੂੰ অতি ਛੋਟੇ ਉੱਤਰਾਵਾਂ ਵਾਲੇ ਪ੍ਰਸ਼ਨ ਆਉਣਗੇ ਅੰਕ ਅੰਕ ਵਾਲੇ ਜਿਹੜੇ ਕਵਿਤਾ ਵਿੱਚ ਹੋਣਗੇ ਜਾਂ ਫਿਰ ਆਪਾਂ ਉਹਨਾਂ ਨੂੰ ਇੱਕ ਸ਼ਬਦ ਵਿੱਚ ਲਿਖ ਸਕਦਾ ਜਾਂ ਫਿਰ ਇੱਕ ਸਤਰ ਵਿੱਚ ਇਹ ਆਪਾਂ ਨੂੰ ਤਿੰਨ ਆਉਣਗੇ 1-1 ਮਾਰਕਸ ਦੇ ਦਨ ਆਪਾਂ ਨੂੰ ਛੋਟੇ ਉੱਤਰਾਵਾਂ ਵਾਲੇ ਪ੍ਰਸ਼ਨ ਆਉਣਗੇ ਦੋ ਅੰਕ ਵਾਲੇ 25 ਤੋਂ 30 ਸ਼ਬਦਾਂ ਵਿੱਚ ਲਿਖਨੇ ਆਪਾਂ ਕਹਾਣੀ ਤੇ ਵਾਰਤਕ ਵਿੱਚੋਂ ਆਉਣਗੇ ਇਹ ਆਪਾਂ ਨੂੰ 2 2 ਨੰਬਰ ਦੇ ਆਣਗੇ ਤੇ 2 ਕੁਐਸਚਨਸ ਆਉਣਗੇ ਉਸ ਤੋਂ ਬਾਅਦ ਵੱਡੇ ਉਤਰਾ ਵਾਲੇ ਪ੍ਰਸ਼ਨ ਜੈਟ ਇਸ 50 ਤੋਂ 60 ਸ਼ਬਦਾ ਵਿੱਚ ਵਾਰਤਕ ਵਿੱਚ ਆਉਣਗੇ ਚੋਣ ਆਧਾਰਿਤ ਮੀਨਸ ਜਾਂ ਫਿਰ ਤੁਹਾਨੂੰ ਦੋ ਦਿੱਤੇ ਹੋਣਗੇ ਤੁਸੀਂ ਉਹਨਾਂ ਵਿੱਚੋਂ ਇੱਕ ਕਰਨਾ ਹੈ 4 ਨੰਬਰ ਦਾ ਹੋਏਗਾ ਇੱਕ ਉਸ ਤੋਂ ਬਾਅਦ ਇਕਾਂਗੀ ਜੋ ਵੱਡੇ ਉਤਰਾ ਵਾਲੇ ਪ੍ਰਸ਼ਨ 50 ਤੋਂ 60 ਸ਼ਬਦਾ ਵਿੱਚ ਚੋਣੇਦਾਰੀ ਤੇ ਵੀ ਉਹ ਵੀ 4 ਨੰਬਰ ਦਾ ਹੋਏਗਾ ਤੁਸੀਂ ਉਹਨਾਂ ਦੋਨਾਂ 'ਚੋਂ ਕੋਈ ਇੱਕ ਕਰਨਾ ਹੋਏਗਾ ਹੁਣ ਆਪਾਂ ਦੇਖਦੇ ਆ ਕਿ ਤੁਹਾਨੂੰ ਚੈਪਟਰਸ ਕਿਹੜੇ-ਕਿਹੜੇ ਆਣੇ ਸੈਕਿੰਡ ਟਰਮ ਵਿੱਚ ਕਾਵਿ ਰਚਨਾ ਵਿੱਚ ਤੁਹਾਨੂੰ ਆਣਾ ਹੈ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਗੁਰੂ ਅਰਜਨ ਦੇਵ ਜੀ ਵੱਲੋਂ ਧੰ ਸਤਗੁਰ ਨਾਨਕ ਪ੍ਰਗਟਿਆ ਭਾਈ ਗੁਰਦਾਸ ਜੀ ਵਾਰਤਕ ਵਿੱਚੋਂ ਆਪਾਂ ਨੂੰ ਆਣਾ ਹੈ ਪ੍ਰਾਰਥਨਾ ਭਾਈ ਡਾਕਟਰ ਬਲਬੀ ਸਿੰਘ ਧੰ ਮੇਰੇ ਵੱਡੇ-ਵਡੇਰੇ ਗਿਆਨੀ ਗੁਰਜੀਤ ਸਿੰਘ ਜੀ ਵੱਲੋਂ ਵਨਗੀ ਪੁਸਤਕ ਵਿੱਚੋਂ ਆਪਾਂ ਨੂੰ ਜਿਹੜੀ ਕਹਾਣੀ ਹੈ ਉਹ ਆਣੀ ਆ ਅੰਗ ਸੰਗ ਭਾਈ ਬਰਿਆਮ ਸਿੰਘ ਸੰਤੂ ਇਕਾਂਗੀ ਆਪਾਂ ਨੂੰ ਆਣੀ ਆ ਦੂਜਾ ਵਿਆ ਸੰਤ ਸਿੰਘ ਸੇਖੋ ਤੇ ਉਸ ਤੋਂ ਬਾਅਦ आ देख सकते हो हाँ जड़ा वा प्रश्न पत्नी की रूपरेखा देख सकते हो अगर तीस पढ़ना थैंक्स फॉर वाचिंग माई वीडियो प्लीज़ लाइक शेयर एंड सब्सक्राइब माई चैनल